ਚੈਸੀ ਕਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਮੇਰੇ YouTube ਚੈਨਲ ਦੇ ਉੱਤੇ ਡਰਗ ਅਬਿਊਜ਼ ਦੇ ਲੈਕਚਰਸ ਦੇ ਵਿੱਚ ਅੱਜ ਆਪਾਂ ਕਵਰ ਕਰਾਂਗੇ ਨਾਰਕੋਟਿਕ ਨਸ਼ੇ ਕੀ ਹੁੰਦੇ ਨੇ ਬਹੁਤ ਹੀ ਇੰਪੋਰਟੈਂਟ ਕਨਸੈਪਟ ਹੈ ਕਿਉਂਕਿ ਇਜ਼ੇ ਵਿੱਚ ਗੈਰ ਕਾਨੂੰਨੀ ਨਸ਼ੇ ਸ਼ਾਮਿਲ ਹੁੰਦੇ ਨੇ ਅਤੇ ਬਹੁਤ ਹੀ ਉੱਚ ਲੈਵਲ ਦੇ ਨਸ਼ੇ ਸ਼ਾਮਿਲ ਹੁੰਦੇ ਨੇ ਸੋ ਬਹੁਤ ਹੀ ਭੈੜੀ ਆਦਤ ਲਗਾਉਣ ਵਾਲੇ ਨਸ਼ੇ ਹੁੰਦੇ ਨੇ ਮੂਡ ਵਿੱਚ ਚੇਂਜ ਕਰਦੇ ਨੇ ਬਿਹੇਵੀਅਰ ਨੂੰ ਚੇਂਜ ਕਰਦੇ ਨੇ ਇਹ ਇਹਦੇ ਨਾਲ ਡਰਾਉਸਿਨੈਸ ਜਾਨਕੀ ਬੇਹੋਸ਼ੀ ਪੁਣਾ ਆਉਂਦਾ ਹੈ ਅਚੇਤਨਤਾ ਆਉਂਦੀ ਹੈ ਸਵੇਦਨ ਸੁਨਨਤਾ ਆ ਜਾਂਦੀ ਹੈ ਤਾ ਇਹ ਦਰਦ ਨਿਵਾਰਕ ਯਾਨੀ ਕਿ ਪੇਨ ਕਿਲਰ ਦੇ ਵਜੋਂ ਵੀ ਯੂਜ਼ ਕੀਤੇ ਜਾਂਦੇ ਨੇ ਸੋ ਕਾਮਨ ਨਾਮ ਜਿਹੜੇ ਨੇ ਇਹਨਾਂ ਦੇ ਮੋਰਫਿਨ ਹੋ ਗਿਆ ਕੋਡੇਨ ਹੋ ਗਿਆ ਇਹ ਦੋਨੋਂ ਹੀ ਅਫੀਮ ਤੋਂ ਤਿਆਰ ਕੀਤੇ ਜਾਂਦੇ ਨੇ ਤਾਂ ਹੈਰੋਇਨ ਹੋ ਗਿਆ ਇਹ ਵੀ ਅਫੀਮ ਤੋਂ ਤਿਆਰ ਕੀਤਾ ਜਾਂਦਾ ਅਤੇ ਹੈਰੋਇਨ ਐਨਾ ਗੰਦਾ ਨਸ਼ਾ ਹੈ ਜਿਹੜਾ ਕਿ ਸਿਰਫ ਮਨੋਰੰਜਨ ਲਈ ਜਾਂ ਫਿਰ ਸ਼ੌਂਕ ਪੂਰੇ ਕਰਨ ਦੇ ਉਦੇਸ਼ ਦੇ ਨਾਲ ਨਸ਼ੇ ਦੇ ਰੂਪ ਚ ਵਰਤਿਆ ਜਾਂਦਾ ਅਫੀਮ ਦਾ ਨਸ਼ਾ ਜਿਹੜੇ ਨੇ ਅਫੀਮ ਤੋਂ ਹੀ ਕਿਉਂਕਿ ਇਹ ਬੰਦੇ ਨੇ ਤਾਂ ਅਫੀਮ ਜਿਹੜਾ ਹੈ ਇੱਕ ਐਸਾ ਨਸ਼ਾ ਹੈ ਜਿਹੜਾ ਸਰੀਰ ਵਿੱਚ ਬੇਹੋਸ਼ੀ ਨੀਂਦ ਦੀ ਅਵਸਥਾ ਵਰਗਾ ਹੁੰਦਾ ਹੈ ਅਤੇ ਕਈ ਨਸ਼ੀਲੇ ਪਦਾਰਥ ਜਿਵੇਂ ਕਿ ਮੋਰਫਨ ਕੋਡੇਨ ਹੈਰੋਇਨ ਸਮੈਕ ਪੈਥੇਡਿਨ ਮੈਥੋਡਿਨ ਫੋਰਡਬੀਨ ਟ੍ਰੈਮਾਡੋਲ ਆਦੀ ਨਸ਼ਿਆਂ ਨੂੰ ਨਾਰਕੋਟਿਕ ਵਰਗ ਦੇ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ ਲੂਜ਼ ਮੋਸ਼ਨ ਰੋਕਣ ਦੇ ਲਈ ਵੀ ਅਫੀਮ ਦਾ ਹੀ ਇੱਕ ਜਿਹੜਾ ਨਾਰਕੋਟਿਕ ਨਸ਼ਾ ਯੂਜ਼ ਕੀਤਾ ਜਾਂਦਾ ਹੈ ਲੋਮੋਟਿੰਗ ਤੇ ਇਹ ਸਾਰੇ ਨਸ਼ੇ ਨੇ ਬਹੁਤ ਹੀ ਜ਼ਿਆਦਾ ਜਿਹੜੇ ਨੇ ਖਤਰਨਾਕ ਨੇ ਤਾਂ ਇਹਨਾਂ ਦੇ ਨਾਲ ਕੀ ਹੁੰਦੀ ਹੈ ਲਤ ਲੱਗ ਜਾਂਦੀ ਹੈ ਨਸ਼ੇ ਦੀ ਬੰਦਾ ਨਸ਼ੇ ਦਾ ਆਦੀ ਹੋ ਜਾਂਦਾ ਹੈ ਅਫੀਮ ਦੀ ਗੱਲ ਕਰੀਏ ਤਾ ਫੀਮ ਜਿਹੜਾ ਹੈ ਕਿੱਥੋਂ ਬੰਦਾ ਪੋਪੀ ਪਲਾਂਟ ਤੋਂ ਇੱਕ ਪੋਸਟ ਦਾ ਬੂਟਾ ਪੋਸਟ ਦਾ ਬੂਟਾ ਕਹਿੰਦਾ ਇਹਨੂੰ ਤਾਂ ਪੋਪੀ ਪਲਾਂਟ ਹੈ ਤਾਂ ਉਸਦੇ ਡੋਡਿਆਂ ਦੇ ਵਿੱਚੋਂ ਦੀ ਜਿਹੜਾ ਹੈ ਪੱਕਣ ਤੋਂ ਪਹਿਲਾਂ ਛੋਟੇ-ਛੋਟੇ ਚੀਰੇ ਦੇ ਕੇ ਉਹਦੇ ਵਿੱਚੋਂ ਚਿੱਟੇ ਰੰਗ ਦਾ ਗਾੜਾ ਦੁੱਧ ਕਹਿੰਦੇ ਨੇ ਵੈਸੇ ਇਹਨੂੰ ਤਾਂ ਉਹਦੇ ਤੋਂ ਤਰਲ ਪਦਾਰਥ ਤੋਂ ਕੱਢਿਆ ਜਾਂਦਾ ਅਤੇ ਪੋਪੀ ਪਲਾਂਟ ਜਿਹੜਾ ਹੈ ਲੈਟਨ ਵਰਡ ਤੋਂ ਲਿਆ ਗਿਆ ਜਿਸਦਾ ਅਰਥ ਹੈ ਨੀਂਦ ਲੈ ਕੇ ਆਉਣ ਵਾਲਾ ਤਾਂ ਮਤਲਬ ਜਿੰਨੇ ਵੀ ਨਾਰਕੋਟਿਕ ਨਸ਼ੇ ਨੇ ਉਹ ਨੀਂਦ ਲੈ ਕੇ ਆਉਂਦੇ ਨੇ ਅਤੇ ਕੱਚੀ ਮੈਲੀ ਕਚੈਲੀ ਅਫੀਮ ਨੂੰ ਪਰਵਰਤਿਤ ਕਰਨ ਉਪਰਾੰਤ ਉਸ ਤੋਂ ਵੱਖ-ਵੱਖ ਪ੍ਰਕਾਰ ਦੇ ਐਲਕੌਇਡ ਕੱਢੇ ਜਾਂਦੇ ਨੇ ਜਿਨ੍ਹਾਂ ਤੋਂ ਮੋਰਫਿਨ ਬਣਦੀ ਹੈ, ਥੀਬੇਨ ਬਣਦੀ ਹੈ, ਕੋਡੀਨ ਬਣਦੀ ਹੈ, ਪਾਪਾਵਰੀਨੀ ਬਣਦੀ ਹੈ ਤਾਂ ਇਹ ਸਾਰੀਆਂ ਜਿਹੜੀਆਂ ਨੇ ਔਸ਼ਧੀਆਂ ਦੇ ਰੂਪ ਦੇ ਵਿੱਚ ਵੀ ਜਿਹੜੇ ਹੈਗੇ ਨੇ ਮੋਰਫਿਨ ਹੋ ਗਿਆ, ਇਹੋ ਜੇ ਕੋਡੀਨ ਹੋ ਗਿਆ ਇਹ ਯੂਜ਼ ਕੀਤੇ ਜਾਂਦੇ ਨੇ ਤਾਂ ਕਾਫੀ ਅਫੀਮ ਤੋਂ ਜਿਹੜਾ ਹੈ ਦਵਾਈਆਂ ਵੀ ਬਣਦੀਆਂ ਨੇ ਲੇਕਿਨ ਕਾਫੀ ਸਾਰੇ ਇਹਦੇ ਜਿਹੜੇ ਹੈਗੇ ਨੇ ਗੈਰਕਾਨੂੰਨੀ ਤਰੀਕੇ ਦੇ ਨਾਲ ਜਿਹੜੀ ਹੈ ਕੱਢੀ ਜਾਂਦੀਆਂ ਤਸ ਸੰਸਾਰ ਦੇ ਵਿੱਚ ਬਹੁਤ ਸਾਰੇ ਭਾਗਾਂ ਵਿੱਚ ਇਹ ਪੌਦਾ ਸਜਾਵਟੀ ਫੁੱਲਾਂ ਦੇ ਵਾਂਗੂ ਲਗਾਏ ਜਾਂਦਾ ਹੈ ਤੇ ਫੁੱਲਾਂ ਦੀ ਇਹ ਕਬਰਾਂ ਤੇ ਵੀ ਜੜਾ ਜਾਂਦਾ ਪਰ ਫੇਰ ਵੀ ਜਿਹੜਾ ਹੈ ਕਾਫੀ ਸਾਰੇ ਦੇਸ਼ ਇਸ ਨੂੰ ਜਿਹੜਾ ਹੈ ਸਰਕਾਰ ਦੀ ਮਨਜ਼ੂਰੀ ਦੇ ਨਾਲ ਜਿਹੜਾ ਹੈ ਅਫੀਮ ਦੀ ਖੇਤੀ ਕਈ ਥਾਵਾਂ ਤੇ ਕੀਤੀ ਜਾਂਦੀ ਹੈ ਅਤੇ ਇਸ ਨਸ਼ੇ ਤੋਂ ਤਿਆਰ ਕਰਕੇ ਮੋਟਾ-ਮੋਟਾ ਮੁਨਾਫਾ ਕਮਾਇਆ ਜਾਂਦਾ ਬਿਕੋਜ਼ ਅਫੀਮ ਤੋਂ ਬਹੁਤ ਸਾਰੀਆਂ ਦਵਾਈਆਂ ਵੀ ਬਣਦੀਆਂ ਅਫੀਮ ਤੋਂ ਹੋਰ ਵੀ ਨਸ਼ੇ ਜਿਹੜੇ ਨੇ ਬਣਦੇ ਨੇ ਤਾਂ ਇਹ ਬਹੁਤ ਹੀ ਜ਼ਿਆਦਾ ਆਪਾਂ ਕਹਿ ਸਕਦੇ ਕਿ ਸਖਤ ਪੌਦਾ ਹੁੰਦਾ ਅਤੇ ਆਸਾਨੀ ਦੇ ਨਾਲ ਉਗ ਜਾਂਦਾ ਹੈ ਇਸੇ ਵਾਦੇ ਲਈ ਬਹੁਤ ਮਹਿੰਗੀਆਂ ਖਾਦਾਂ ਦੀ ਲੋੜ ਕੀਟਨਾਸ਼ਕਾਂ ਦੀ ਫੰਗੀਸਾਈਡਸ ਦੀ ਇਹ ਲੋੜ ਜਿਹੜੀ ਹੈਗੀ ਨਹੀਂ ਪੈਂਦੀ ਤੋ ਅਫੀਮ ਦੇ ਪੌਦੇ ਤੋਂ ਕਿਹੜੇ-ਕਿਹੜੇ ਪਦਾਰਥ ਬਣਾਏ ਜਾਂਦੇ ਨੇ ਸ਼ਾਰਟ ਕੁਐਸਚਨ ਇਹਦੇ ਵਿੱਚ ਆ ਸਕਦੇ ਨੇ ਇੱਕ ਤਾਂ ਇਹਦੇ ਵਿੱਚੋਂ ਜਿਹੜੀ ਹੈ ਔਸ਼ਧੀ ਕਫੀਮ ਜਿਹੜੀ ਕਿ ਸ਼ੁੱਧ ਅਫੀਮ ਹੁੰਦੀ ਹੈ ਅਤੇ ਨਾਲ ਹੀ ਜਿਹੜਾ ਹੈ ਗੋਲੀਆਂ ਦੇ ਰੂਪ ਦੇ ਵਿੱਚ ਜਿਹੜਾ ਹੈ ਥੋੜਾ ਜਿਹਾ ਪਦਾਰਥ ਦੇ ਮਿਲਾਵਟ ਕਰਕੇ ਜਿਹੜਾ ਹੈ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਹੈ ਇਹ ਔਸ਼ਦਾ ਕੋਸ਼ ਦੇ ਵਿੱਚ ਦਵਾਈ ਦੇ ਰੂਪ ਦੇ ਵਿੱਚ ਜਿਹੜੀ ਹੈ ਕੰਮ ਕਿੰਦੇ ਤੇ ਇਹ ਔਸ਼ਧੀ ਹੁੰਦੀ ਹੈ ਤਿਆਰ ਕੀਤੀ ਹੈ ਫੀਮ ਜਿਵੇਂ ਕੋਈ ਵੀ ਅਫੀਮ ਦੀ ਉਪਜ ਹੁੰਦੀ ਹੈ ਉਸ ਤੋਂ ਬਾਅਦ ਇਹਦਾ ਨਿਚੋੜ ਰੈਂਦ ਖੂਤ ਤੋਂ ਜਿਹੜਾ ਹੈ ਸਿਗਰਟ ਨੋਸ਼ੀ ਲਈ ਯੂਜ਼ ਕੀਤਾ ਜਾਂਦਾ ਬੇਉਸ਼ੀਦੀ ਅਵਸਥਾ ਵਿੱਚ ਜਾਣੇ ਦਾ ਯੂਜ਼ ਕੀਤਾ ਜਾਂਦਾ ਫੀਨੇਥਰਿਨ ਅਲਕਾਇਡ ਜਿਹੜਾ ਹੈ ਇਹਦਾ ਹੀ ਯੂਜ਼ ਕੀਤਾ ਜਾਂਦਾ ਮੋਰਫਿਨ ਬਣਾਉਣ ਲਈ ਕੋਡੇਨ ਥੀਬੇਨ ਅਤੇ ਲੂਨ ਬਣਾਉਣ ਲਈ ਠੀਕ ਹੈ ਤਾਂ ਲੂਨ ਤੇ ਕਾਫੀ ਸਾਰੇ ਸਾਲਟ ਇਹਦੇ ਵਿੱਚ ਸ਼ਾਮਿਲ ਹੁੰਦੇ ਨੇ ਡਾਈ ਐਸਟੀ ਐਸਟੀਲ ਮੋਰਫਿਨ ਤਾਂ ਇਹ ਜਿਹੜਾ ਹੈ ਹੈਰੋਇਨ ਦੇ ਵੱਜੋਂ ਵੀ ਇਸ ਨੂੰ ਜਾਣਿਆ ਜਾਂਦਾ ਹੈ ਜਾਂ ਫਿਰ ਇਸ ਦੇ ਲੂਨ ਯਾਨੀ ਕਿ ਸਾਲਟ ਦੇ ਰੂਪ 'ਚ ਜਾਣਿਆ ਜਾਂਦਾ ਹੈ ਉਹ ਸਾਰੇ ਓਸ਼ਦੀ ਮਿਸ਼ਰਣ ਤਾਂ ਮੋਰਫਿਨ ਦੀ ਮਾਤਰਾ 0.2 ਫੀਸਦੀ ਤੋਂ ਵੱਧ ਹੁੰਦੀ ਹੈ ਅਤੇ ਜਿਨ੍ਹਾਂ ਦੇ ਵਿੱਚ ਡਾਈ ਐਸਟੀ ਮੋਰਫਿਨ ਮੌਜੂਦ ਹੁੰਦੀ ਹੈ ਤਾਂ ਕੈਨ ਦਾ ਮਤਲਬ ਫੀਮ ਡੋਡੇ ਪੁਕੀ ਪੋਸਟਸ ਸਾਰੇ ਜਿਹੜੇ ਨੇ ਇਹ ਰਾਜ ਪੰਜਾਬ ਦੇ ਵਿੱਚ ਖੁੱਲੇ ਸਮੇਂ ਦੇ ਵਿੱਚ ਹੀ ਵਰਤੇ ਜਾਂਦੇ ਨੇ ਅਤੇ ਕਿਸਾਨ ਜਿਹੜੇ ਨੇ ਇਹ ਪਹਿਲਾਂ ਇਹਨੂੰ ਖੁਲਿਆਮ ਕਰਦੇ ਸੀਗੇ ਦੀ ਖੇਤੀ ਲੇਕਿਨ ਹੁਣ ਜਿਹੜੀ ਹੈ ਇਸ ਤੇ ਰੋਕ ਹੈਗੀ ਹੈ। ਇਹੀ ਇਸੇ ਗੱਲ ਕਰਕੇ ਜਿਹੜੀ ਖੇਤੀ ਕੀਤੀ ਜਾਂਦੀ ਸੀ ਤਾਂ ਪੰਜਾਬ ਦੇ ਵਿੱਚ ਇਹ ਨਸ਼ੇ ਬਹੁਤ ਹੀ ਜ਼ਿਆਦਾ ਪ੍ਰਚਲਿਤ ਹੋ ਗਏ। ਪੰਜਾਬ ਦੇ ਕਿਸਾਨ ਹੋਗੇ, ਟਰੱਕ ਡਰਾਈਵਰ ਹੋਗੇ, ਟੈਕਸੀ ਡਰਾਈਵਰ ਹੋਗੇ। ਅਫੀਮ, ਡੋਡੇ ਭੁੱਕੀ ਪੋਸਟ ਦੇ ਨਸ਼ੇ ਕਰਦੇ ਨੇ। ਤਾਂ ਪੈਂਡੂ ਇਲਾਕਿਆਂ ਦੇ ਨਾਲੋਂ ਇਹ ਪਹਿਲਾਂ ਸ਼ਹਿਰਾਂ ਦੇ ਵਿੱਚ ਜ਼ਿਆਦਾ ਪ੍ਰਚਲਿਤ ਸੀਗੇ ਹੁਣ ਵੀ ਹੈਗੇ ਨੇ ਕਈ ਬਜ਼ੁਰਗ ਜਿਹੜੇ ਨੇ ਗੋਡਿਆਂ ਦੇ ਦਰਦਾਂ ਤੋਂ ਛੁਟਕਾਰਾ ਪਾਉਣ ਦੇ ਲਈ ਫੀਮ ਦੀ ਵਰਤੋਂ ਕਰਦੇ ਕਈ ਵਾਰ ਡਾਕਟਰ ਵੀ ਕਹਿੰਦੇ ਆ ਕਿ ਥੋੜਾ ਜਿਹਾ ਫੀਮ ਦੇ ਦੋ ਬਿਕੋਜ਼ ਅਦਰੰਗ ਦੀ ਜਦੋਂ ਕੋਈ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਤਾਂ ਦਰਦ ਥੋੜੀ ਲਈ ਦੇਰ ਲਈ ਅਲੋਪ ਹੋ ਜਾਂਦਾ ਹੈ ਪਰ ਹੌਲੀ ਹੌਲੀ ਬੰਦਾ ਇਸ ਨਸ਼ਿਆਂ ਦਾ ਆਦੀ ਵੀ ਹੋ ਸਕਦਾ ਹੈ ਤਾਂ ਮੋਰਫਿਨ ਜਿਹੜਾ ਹੈ ਮੋਰਫਿਨ ਦੇ ਵਿੱਚ ਜਿਹੜੀ ਹੈ ਆਪਾਂ ਕਹਿੰਦੇ ਆ ਤਾਂ ਅਫੀਮ ਤੋਂ ਹੀ ਬਣਦੇ ਤਾਂ ਅਫੀਮ ਦੇ ਵਿੱਚ ਅਫੀਮ ਵਿੱਚ ਮੋਰਫਿਨ ਦੀ ਮਿਕਦਾਰ ਜਿਹੜੀ ਹੈ ਕਵਾਂਟਿਟੀ ਜਿਹੜੀ ਹੈ 16ਵੀਂ ਸਦੀ ਹੁੰਦੀ ਹੈ ਮੋਰਫਿਨ ਦੀ ਖੋਜ ਜਿਹੜੀ ਸੀ 1819 ਚ ਹੋਈ ਸੀ ਅਤੇ ਇੱਕ ਪਹਿਲਾ ਦਰਦ ਨਿਵਾਰਕ ਪੇਨ ਕਿਲਰ ਦਵਾਈ ਹੁੰਦੀ ਸੀ ਸਾਰੇ ਸੰਸਾਰ 'ਚ ਮੋਰਫਿਨ ਜਿਹੜੀ ਹੈਗੀ ਹੈ ਪਰਚਲਿਤ ਹੋ ਗਈ ਅਤੇ ਸਾਰੀਆਂ ਬਿਮਾਰੀਆਂ ਲਈ ਇੱਕ ਦਵਾਈ ਦੇ ਇਹਨੂੰ ਖਿਤਾਬ ਮਿਲ ਗਿਆ ਪਰ ਬਾਅਦ 'ਚ ਪਤਾ ਲੱਗਿਆ ਕਿ ਅਗਰ ਕੋਈ ਮੋਰਫਿਨ ਦਾ ਯੂਜ਼ ਕਰਦੇ ਤਾਂ ਬਹੁਤ ਜਲਦੀ ਨਸ਼ੇਦਾਰਤੀ ਹੋ ਜਾਂਦਾ ਹੈ ਤੇ ਇਹ ਨਸ਼ਿਆਂ ਦੀ ਕੈਟਾਗਰੀ 'ਚ ਹੁਣ ਗਿਣੀ ਜਾਂਦੀ ਹੈ ਤਾਂ ਮੋਰਫਿਨ ਡਾਕਟਰ ਦੰਦੇ ਤਾਂ ਹੈਗੇ ਨੇ ਪਰ ਇਹ ਵੀ ਕਹਿੰਦੇ ਨੇ ਕਿ ਜ਼ਿਆਦਾ ਟਾਈਮ ਤੱਕ ਤੁਸੀਂ ਮੋਰਫਿਨ ਨਹੀਂ ਲੈਣੀ ਮੋਰਫੀਨ ਦੇ ਵਿੱਚ ਜਿਹੜੇ ਸ਼ਾਰਟ ਟਰਮ ਇਫੈਕਟਸ ਨੇ ਉਹ ਹੈਗੇ ਨੇ ਕਿ ਹਲਕਾ ਹਲਕਾ ਜਦ ਤੁਸੀਂ ਇਹ ਦਵਾਈ ਲੈਂਦੇ ਆ ਜਾਂ ਡਰਗ ਲੈਂਦੇ ਆ ਤਾਂ ਸਾਨੂੰ ਸੁਹਾਵਣਾ ਪਣ ਲੱਗਦਾ ਹੈ ਹਲਕਾ ਫੁਲਕਾ ਸ਼ਰੀ ਲੱਗਦਾ ਸਰੂਰ ਆ ਜਾਂਦਾ ਹੈ ਕਾਲਪਨਿਕ ਪਦਰ ਤੇ ਸਾਰੀਆਂ ਚਿੰਤਾਵਾਂ ਮਿਟ ਜਾਂਦੀਆਂ ਮਤਲਬ ਸਾਨੂੰ ਲੱਗਦਾ ਕਿ ਚਿੰਤਾਵਾਂ ਖਤਮ ਹੋ ਗਈਆਂ ਸਾਨੂੰ ਇਹ ਲੱਗਦਾ ਕਿ ਦਰਦਾਂ ਗਾਇਬ ਹੋ ਗਈਆਂ ਮਾਨਸਿਕ ਤਣਾਅ ਘਟ ਗਿਆ ਆਰਾਧਵਾਰਾ ਚੰਗਾ ਲੱਗਦਾ ਹੈ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਹਮੇਸ਼ਾ ਮਨ ਜਿਹੜਾ ਹੈ ਖੁਖੜਿਆ ਖੜਿਆ ਰਹਿੰਦਾ ਹੈ ਅਗਰ ਆਪਾਂ ਗੱਲ ਕਰੀਏ ਕਿ ਸਾਈਡ ਇਫੈਕਟਸ ਮੋਰਫਿਨ ਦੇ ਕੀ ਨੇ ਤਾਂ ਇਹਦੇ ਨਾਲ ਮਤਲੀ ਮਤਲਬ ਜੀ ਕੱਚਾ ਹੁੰਦਾ ਉਲਟੀ ਆਉਂਦੀ ਹੈ ਚਮੜੀ ਤੇ ਖਾਰਚ ਹੁੰਦੀ ਹੈ ਭੁੱਖ ਘਟ ਜਾਂਦੀ ਹੈ ਅੱਖਾਂ ਦੀਆਂ ਪੁਤਲੀਆਂ ਸਟਿਲ ਹੋ ਜਾਂਦੀਆਂ ਨੇ ਪਿਸ਼ਾਬ ਰੁਕ ਜਾਂਦਾ ਕਬਜ ਹੋ ਜਾਂਦੀ ਹੈ ਸਾ ਹੌਲੀ ਹੌਲੀ ਹੁੰਦਾ ਦਿਲ ਦੀ ਧੜਕਣ ਜਿਹੜੀ ਹੈ ਉਹ ਚੇਂਜ ਆ ਜਾਂਦੇ ਨੇ ਛਾਤੀ 'ਚ ਦਰਦ ਹੁੰਦਾ ਬੋਲ ਉਂਗਲੀਆਂ ਨੋਹਾਂ ਦੀ ਚਮੜੀ ਤੇ ਨੀਲਾ ਬਣਾ ਦਿੰਦਾ ਸੋ ਜੋ ਵੀ ਮੋਰਫਿਨ ਲੈਂਦਾ ਤਾਂ ਉਹਦੇ ਬੋਲ ਨੀਲੇ ਹੋ ਜਾਂਦੇ ਨੇ ਉਂਗਲੀਆਂ ਨਿਲੀਆਂ ਨੋਹ ਜਿਹੜੇ ਨੇ ਨੀਲੇ ਹੁੰਦੇ ਨੇ ਚਮੜੀ ਨੀਲੀ ਹੋ ਜਾਂਦੀ ਹੈ ਚੱਕਰ ਆਉਂਦੇ ਨੇ ਵਿਆਕੁਲਤਾ ਬੇਚੈਨੀ ਲੱਗੀ ਰਹਿੰਦੀ ਹੈ ਦੌਰੇ ਪੈਣੇ ਸਟਾਰਟ ਹੋ ਜਾਂਦੇ ਨੇ ਕਹਿੰਦੇ ਅਗਰ ਕੋਈ ਮੋਰਫਿਨ ਦੀ ਜ਼ਿਆਦਾ ਮਾਤਰਾ ਲੈ ਲੇ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਪੈਂਦੀ ਹੈ ਬਿਕੋਜ਼ ਮੌਤ ਵੀ ਹੋ ਸਕਦੀ ਹੈ ਬੰਦਾ ਕੋਮਾ ਦੇ ਵਿੱਚ ਵੀ ਜਾ ਸਕਦਾ ਹੈ ਤਾਂ ਮੋਰਫਿਨ ਇੱਕ ਨਾ ਖਤਰਨਾਕ ਨਸ਼ਾ ਹੈ ਮੋਰਫਿਨ ਦੇ ਦੀਰਘਕਾਲਨੀ ਪ੍ਰਭਾਵ ਯਾਨੀ ਕਿ ਲੌਂਗ ਟਰਮ ਇਫੈਕਟ ਕਿਹੜੇ ਨੇ ਕੇ ਪਰਿਵਾਰਾ ਮਿੱਤਰਾਂ ਦੇ ਵਿੱਚ ਕੰਮਾਂ ਦੇ ਵਿੱਚ ਦਿਲਚਸਪੀ ਬੰਦੇ ਦੀ ਨਹੀਂ ਰਹਿੰਦੀ ਸੁਸਤੀ ਹਮੇਸ਼ਾ ਘੇਰੀ ਰੱਖਦੀ ਹੈ ਸਰੀਰ ਟੁੱਟਿਆ ਭੱਜਿਆ ਲੱਗਦਾ ਹੈ ਅਜੀਬ ਜਿਹੀ ਤਰ੍ਹਾਂ ਦੇ ਖਿਆਲ ਆਉਂਦੇ ਰਹਿੰਦੇ ਨੇ ਸਰੀਰ ਦਾ ਖਿਆਲ ਨਹੀਂ ਰਹਿੰਦਾ ਮੋਰਫਿਨ ਦੀ ਮਾਤਰਾ ਦਿਨੋ ਦਿਨ ਦਿਨੋ ਦਿਨ ਬੰਦਾ ਇਨਕਰੀਜ਼ ਕਰੀ ਜਾਂਦਾ ਹੈ ਤਾਂ ਹੌਲੀ ਹੌਲੀ ਉਹ ਆਰਥਿਕ ਤੌਰ ਤੇ ਵੀ ਜੜਾ ਹੈਗਾ ਗਰੀਬ ਹੋ ਜਾਂਦਾ ਹੈ ਤਾਂ ਕਿਉਂਕਿ ਇਹ ਦਵਾਈ ਬਹੁਤ ਹੀ ਜ਼ਿਆਦਾ ਮਹਿੰਗੀ ਹੈ ਦਵਾਈ ਤਾਂ ਨਹੀਂ ਕਹਿ ਸਕਦੇ ਪਰ ਨਸ਼ਾ ਬਹੁਤ ਮਹਿੰਗਾ ਹੈਗਾ ਸੋ ਤਾਂ ਕਰਕੇ ਜਿਹੜਾ ਹੈ ਇਕਨੋਮਿਕ ਕੰਡੀਸ਼ਨ ਵੀ ਪੋਰ ਹੋ ਜਾਂਦੀ ਹੈ ਮੋਰਫਿਨ ਦਾ ਨਸ਼ਾ ਪ੍ਰਾਪਤ ਕਰਨੀ ਜਿਹੜਾ ਬੰਦਾ ਨਸ਼ੇ ਕਰਦਾ ਹੈ ਤਾਂ ਉਹ ਚੋਰੀ ਕਰਦਾ ਹੈ ਹੋਰ ਕ੍ਰਿਮੀਨਲ ਐਕਟੀਵਿਟੀਜ਼ ਕਰਨੀਆਂ ਸਟਾਰਟ ਕਰ ਦਿੰਦਾ ਹੈ ਵਿਡਡਰੋਅਲ ਸਿੰਪਟਮਸ ਆਫ ਮੋਰਫਿਨ ਅਗਰ ਕੋਈ ਮੋਰਫਿਨ ਛੱਡਣ ਦੀ ਕੋਸ਼ਿਸ਼ ਕਰਦਾ ਹੈ ਤਾਂ ਕਿਹੜੀਆਂ ਪ੍ਰੋਬਲਮਸ ਨੂੰ ਸਾਹਮਣਾ ਕਰਨਾ ਪੈਂਦਾ ਕ੍ਰੇਵਿੰਗਸ ਨੂੰ ਹੁੰਦੀਆਂ ਨੇ ਕਿ ਮੈਂ ਮੋਰਫਿਨ ਕਦੋਂ ਕੰਜ਼ਿਊਮ ਕਰ ਲਾਂ ਤਣਾਅ ਰਹਿੰਦਾ ਚਿੜਚਿੜਾਪਨ ਰਹਿੰਦਾ ਤੇ ਰੇਲੀਆਂ ਆਉਂਦੀਆਂ ਨੇ ਨੱਕ ਵਗਦਾ ਹੈ ਸੁਸਤੀ ਆਉਂਦੀ ਹੈ ਸਰੀਰ ਦਾ ਟੁੱਟਣਾ ਸਰੀਰ ਟੁੱਟਿਆ ਰਹਿੰਦਾ ਹੈ ਦਸਤ ਲੱਗ ਜਾਂਦੇ ਨੇ ਠੀਕ ਹੈ ਲੂਜ਼ ਮੋਸ਼ਨ ਲੱਗ ਜਾਂਦੇ ਨੇ ਭੁੱਖ ਘੱਟਦੀ ਹੈ ਵੱਟ ਪੈਂਦੇ ਨੇ ਢਿੱਡ ਦੇ ਵਿੱਚ ਉਲਟੀਆਂ ਆਉਂਦੀਆਂ ਨੇ ਸਰੀਰ ਕੰਬਦਾ ਹੈ ਅਜੀਬ ਜਿਹੀ ਤਰ੍ਹਾਂ ਦੇ ਖਿਆਲ ਆਉਂਦੇ ਨੇ ਦਿਮਾਗ 'ਚ ਕੰਟੀਆਂ ਜਿਹੜੀਆਂ ਨੇ ਉਹ ਵੱਜਦੀਆਂ ਨੇ ਕਿ फटाफट ਅਗਲਾ ਡੋਸ ਮੋਰਫਿਨ ਦਾ ਮੈਂ ਲੈ ਲਵਾਂ ਤਾਂ ਇਹਨਾਂ ਨਾਲ ਮਾਨਸਿਕ ਹਾਲਤ ਬੜੀ ਖਰਾਬ ਹੋ ਜਾਂਦੀ ਹੈ ਅਤੇ ਆਲੇ ਦੁਆਲੇ ਉਹ ਲੜਾਈ ਝਗੜੇ ਮੁੱਲ ਲੈਣੇ ਸਟਾਰਟ ਕਰ ਦਿੰਦਾ ਉਹ ਬੰਦਾ ਅਤੇ ਜਦੋਂ ਤੱਕ ਉਹ ਡੋਜ਼ ਨਹੀਂ ਲੈਂਦਾ ਤਦ ਤੱਕ ਉਹ ਬੇਚੈਨ ਹੋ ਕੇ ਦੁਰਦੁਰ ਕਮਦਾ ਰਹਿੰਦਾ ਕਿਉਂਕਿ ਸਰੀਰ ਵੀ ਕੰਮ ਕਰਦਾ ਤਾਂ ਇਸ ਤਰ੍ਹਾਂ ਜਿਹੜਾ ਹੈ ਅਗਰ ਉਸ ਨੂੰ ਡੋਜ਼ ਮਿਲ ਜਾਂਦੀ ਹੈ ਤਾਂ ਉਹਦਾ ਮਨ ਸ਼ਾਂਤ ਹੋ ਜਾਂਦਾ ਤੇ ਉਹਨੂੰ ਸਾਰੇ ਚੰਗੇ ਲੱਗਣੇ ਸਟਾਰਟ ਹੋ ਜਾਂਦੇ ਨੇ ਏ ਵੀ ਹੈਗਾ ਕਿ ਅਗਰ ਕੋਈ ਵਿਅਕਤੀ ਮੋਰਫਿਨ ਛੱਡਣ ਦਾ ਉਪਰਾਲਾ ਕਰਦਾ ਹੈ ਤਾਂ ਉਸ ਨੂੰ ਜੀਵਨ ਤੇ ਖਤਰਾ ਤਾਂ ਨਹੀਂ ਹੁੰਦਾ ਲੇਕਿਨ ਫਿਰ ਵੀ ਉਸ ਨੂੰ ਮੋਰਫਿਨ ਦਾ ਛੱਡਣਾ ਜਿਹੜਾ ਹੈਗਾ ਉਹ ਡਾਕਟਰ ਦੇ ਹਿਸਾਬ ਕਿਤਾਬ ਦੇ ਨਾਲ ਛੱਡਣੀ ਚਾਹੀਦੀ ਹੈ ਇੱਕਦਮ ਮੋਰਫਿਨ ਲੈਣ ਵਾਲੇ ਬੰਦੇ ਨੂੰ ਮੋਰਫਿਨ ਛੱਡਣੀ ਨਹੀਂ ਚਾਹੀਦੀ ਬਿਕੋਜ਼ ਬਹੁਤ ਹੀ ਬੈਂਕਰ ਇਹ ਨਸ਼ਾ ਹੈਗਾ ਬਹੁਤ ਹੀ ਭਿਆਨਕ ਹੈ ਅਤੇ ਇਹਨੂੰ ਕੰਜ਼ਿਊਮ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਨੂੰ ਛੱਡਣਾ ਬੜਾ ਔਖਾ ਹੈਗਾ ਸੋ ਕਾਉਂਸਲਰ ਦੀ ਸਲਾਹ ਦੇ ਨਾਲ ਇਹਨੂੰ ਛੱਡਣਾ ਚਾਹੀਦਾ ਹੈਰੋਇਨ ਇਹ ਵੀ ਬਹੁਤ ਖਤਰਨਾਕ ਨਸ਼ਾ ਹੈ ਇਹ ਵੀ ਜਿਹੜੀ ਹੈਗੀ ਹੈ ਅਰਧ ਸੰశ్లిਸ਼ਟ ਦਵਾਈ ਹੈ ਤੇ ਅਫੀਮ ਤੋਂ ਹੀ ਤਿਆਰ ਕੀਤੀ ਜਾਂਦੀ ਹੈ ਅਤੇ ਮੋਰਫਿਨ ਅਤੇ ਐਸਟਿਕ ਐਂਡ ਆਇਨ ਹਾਈਡਰਾਇਡ ਜਿਹੜੇ ਨੇ ਇਹ ਰਸਾਇਣ ਨਾਲ ਮਿਲ ਕੇ ਜਿਹੜੀ ਇਹ ਬਣਦੀ ਹੈ ਇਸ ਨੂੰ ਹੈਰੋਇਨ ਦਾ ਨਾਮ ਕਿਹਾ ਜਾਂਦਾ ਹੈ 1876 ਦੇ ਵਿੱਚ ਇਹਨੂੰ ਪਹਿਲੀ ਵਾਰ ਤਿਆਰ ਕੀਤਾ ਗਿਆ ਸੀਗਾ ਸੋ ਪਹਿਲਾਂ ਪਹਿਲਾਂ ਇਹ ਵੀ ਮੋਰਫਿਨ ਦੇ ਵਾਂਗੂ ਜਿਹੜੀ ਇਹ ਦਰਦ ਨਿਵਾਰਕ ਪੇਨ ਕਿਲਰ ਦੇ ਰੂਪ ਦੇ ਵਿੱਚ ਵੀ ਜਿਹੜੀ ਸੀਗੀ ਬਾਜ਼ਾਰ ਦੇ ਵਿੱਚ ਆਈ ਸੀ ਪਰ ਇਹਨੂੰ ਜਲਦੀ ਹੀ ਬਾਜ਼ਾਰ ਚੋਂ ਹਟਾਣ ਦੀ ਨੋਬਤ ਆ ਗਈ ਕਿਉਂਕਿ ਜਿਹੜੇ ਵੀ ਇਸ ਨੂੰ ਲੈਂਦੇ ਸੀ ਉਹ ਉਹਨਾਂ ਨੂੰ ਇਹਦੀ ਲੱਤ ਜਿਹੜੀ ਸੀਗੀ ਲੱਗ ਜਾਂਦੀ ਸੀ ਆਦੀ ਜਿਹੜੇ ਸੀਗੇ ਉਹ ਹੋ ਜਾਂਦੇ ਸੀ ਹੈਰੋਇਨ ਦਾ ਨਸ਼ਾ ਬਹੁਤ ਮਹਿੰਗਾ ਸ਼ੌਂਕ ਹੈ ਮੋਰਫਿਨ ਦਾ ਵੀ ਇੱਕ ਮਹਿੰਗਾ ਸ਼ੌਂਕ ਹੈ ਅਤੇ ਹੈਰੋਇਨ ਦਾ ਵੀ ਬਹੁਤ ਮਹਿੰਗਾ ਸ਼ੌਂਕ ਹੈ ਅਤੇ ਇਸ ਕਰਕੇ ਜਿਹੜੀ ਹੈ ਇਸ ਦੀ ਵਿਕਰੀ ਵੀ ਜਿਹੜੀ ਹੈ ਬਹੁਤ ਜ਼ਿਆਦਾ ਹੈ ਮਤਲਬ ਸੇਲਿੰਗ ਪ੍ਰਾਈਸ ਤੇ ਕੋਸਟ ਪ੍ਰਾਈਸ ਦੋਨੋਂ ਹੀ ਬਹੁਤ ਜ਼ਿਆਦਾ ਨੇ ਅਤੇ ਇਹ ਕਈ ਦੇਸ਼ਾਂ ਵਿੱਚ 1 ਕਰੋੜ ਰੁਪਏ ਪ੍ਰਤੀ ਕਿਲੋ ਦੇ ਸਾਹਮਣੇ ਵਿਕਦੀ ਹੈ ਤਾਂ ਇਹਦੀ ਮੰਗ ਜ਼ਿਆਦਾਤਰ ਅਮਰੀਕਾ ਯੂਰਪ ਅਤੇ ਏਸ਼ੀਆ ਦੇ ਕਾਫੀ ਸਾਰੇ ਦੇਸ਼ਾਂ ਦੇ ਵਿੱਚ ਦਿਨੋ-ਦਿਨ ਵਧਦੀ ਜਾ ਰਹੀ ਹੈ ਆਪਣੇ ਇੰਡੀਆ ਦੇ ਵਿੱਚ ਕਾਫੀ ਆਪਾਂ ਕਹਿ ਸਕਦੇ ਹਾਂ ਘੱਟ ਲੈਵਲ ਤੇ ਹੈਰੋਇਨ ਪਾਈ ਜਾਂਦੀ ਹੈ ਆਪਣੇ ਸਸਤੇ ਨਸ਼ੇ ਚੱਲਦੇ ਨੇ ਲੇਕਿਨ ਅਮਰੀਕਾ ਹੋ ਗਿਆ ਬ੍ਰਾਜ਼ੀਲ ਹੋ ਗਿਆ ਮਲੇਸ਼ੀਆ ਹੋ ਗਿਆ ਜਿਹੜੀਆਂ ਅਦਰ ਕੰਟਰੀਜ਼ ਨੇ ਯੂਰਪ ਕੰਟਰੀਜ਼ ਉਹ ਬਹੁਤ ਅਮੀਰ ਦੇਸ਼ ਨੇ ਸੋ ਇਹ ਮਹਿੰਗੇ ਵਾਲਾ ਨਸ਼ਾ ਹੈਰੋਇਨ ਵਾਲਾ ਨਸ਼ਾ ਜਿਹੜਾ ਹੈ ਕਰਦੇ ਨੇ ਲੇਕਿਨ ਇਹ ਵਾਲਾ ਨਸ਼ਾ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਜੇ ਆਪਾਂ ਗਈਏ ਤਾਂ ਆਪਣੇ ਪੰਜਾਬ 'ਚ ਹੁਣ ਫੈਲ ਰਿਹਾ ਹੈ ਭਾਰਤ 'ਚ ਵੈਸੇ ਤਾਂ ਕਾਫੀ ਘਟ ਹੈ ਲੇਕਿਨ ਪੰਜਾਬ 'ਚ ਕਾਫੀ ਸਾਰੇ ਨੌਜਵਾਨ ਇਸੀ ਚ ਪੇੜ ਚ ਨੇ ਅਤੇ ਅੰਮ੍ਰਿਤਸਰ ਤੱਕ ਕਿਉਂਕਿ ਬਾਰਡਰ ਏਰੀਆ ਤੇ ਤਾਂ ਇੱਥੇ ਜਿਹੜਾ ਹੈ ਹੈਰੋਇਨ ਨਾਲ ਸਰਹੱਦ ਏਰੀਆਸ ਤੋਂ ਆਉਂਦੀ ਰਹਿੰਦੀ ਹੈ ਸੋ ਕਾਫੀ ਸਾਰੇ ਜਿਹੜੇ ਵਿਦਵਾਵਾਂ ਨੇ ਬੱਚੇ ਨੇ ਉਹਨਾਂ ਤੋਂ ਇੱਕ ਬਜ਼ੁਰਗਾਂ ਤੋਂ ਕੰਮ ਕਰਾਇਆ ਜਾਂਦਾ ਤਸਕਰੀ ਦਾ ਹੈਰੋਇਨ ਦੇ ਲਘੂ ਕਾਲੀਨ ਪ੍ਰਭਾਵ ਸ਼ਾਰਟ ਟਰਮ ਇਫੈਕਟਸ ਕਿਹੜੇ ਨੇ ਕਿ ਇੱਕ ਰਸ ਭਾਵ ਮਤਲਬ ਮਤਲਬ ਪਨਾਵਾ ਵਿੱਚ ਬਹੁਤ ਤੇਜ਼ੀ ਆ ਜਾਂਦੀ ਹੈ ਰਸ਼ ਦੌਰਾਨ ਠੰਡ ਤੇ ਗਰਮੀ ਮਹਿਸੂਸ ਹੁੰਦੀ ਹੈ ਭਾਰੀ ਸੰਵੇਦਨਸ਼ੀਲਤਾ ਸਰੀਰਕ ਦਰਦ ਜਿਹੜੇ ਨੇ ਖਤਮ ਹੋ ਜਾਂਦੇ ਬੇਹੋਸ਼ੀ ਛਾ ਜਾਂਦੀ ਹੈ ਸ਼ਾਂਤਮਨ ਹੋ ਜਾਂਦਾ ਸੁਸਤੀ ਆ ਜਾਂਦੀ ਹੈ ਤਾਂ ਜਦੋਂ ਜਦੋਂ ਤੱਕ ਹੈਰੋਇਨ ਦਾ ਨਸ਼ਾ ਬੰਦਾ ਲੈਂਦਾ ਰਹਿੰਦਾ ਹੈਗਾ ਤਾਂ ਉਹਦੇ ਵਿੱਚ ਜਿਹੜਾ ਹੈਗਾ ਸਹਿਣਸ਼ੀਲਤਾ ਵਧਦੀ ਜਾਂਦੀ ਹੈ ਮਤਲਬ ਇੱਕ ਡੋਜ਼ ਲਿਆ ਉਸ ਤੋਂ ਬਾਅਦ ਤੁਹਾਨੂੰ ਅਗਲੇ ਦਿਨ ਉਹ ਡੋਜ਼ ਜਿਹੜੀ ਹੈਗੀ ਵਧਾਉਣੀ ਪਾਏਗੀ ਫਿਰ ਫੇਰ ਵਧਾਉਣੀ ਪਾਏਗੀ ਮਤਲਬ ਥੋੜੇ ਥੋੜੇ ਡੇਜ਼ ਵਾਰ ਡੋਜ਼ ਵਧਾਉਣੀ ਪੈਂਦੀ ਹੈ ਠੀਕ ਹੈ ਤਾਂ ਇਸ ਤਰ੍ਹਾਂ ਜਿਹੜਾ ਹੈ ਬੰਦਾ ਨਾ ਚਾਕੇ ਵੀ ਬਹੁਤ ਹੀ ਜ਼ਿਆਦਾ ਇਸ ਦੇ ਸਾਈਡ ਇਫੈਕਟਸ ਦੇ ਵਿੱਚ ਪੈ ਜਾਂਦਾ ਹੈ ਹੁਣ ਹੈਰੋਇਨ ਦੇ ਸਾਈਡ ਇਫੈਕਟਸ ਕਿਹੜੇ ਨੇ ਇੱਕ ਤਾਂ ਜੀ ਬਹੁਤ ਮਚਲਾਉਂਦਾ ਹੈ ਪੱਬਲਪੂਸੀ ਚ ਪਿਆ ਰਹਿੰਦਾ ਕਨਫਿਊਜ਼ ਰਹਿੰਦਾ ਉਹ ਬੰਦਾ ਮੂੰਹ ਸੁੱਕਦਾ ਚਮੜੀ ਤੇ ਖਾਜ ਹੁੰਦੀ ਆ ਅੱਖਾਂ ਦੀਆਂ ਪੁਤਲੀਆਂ ਸਥਿਰ ਹੋ ਜਾਂਦੀਆਂ ਨੇ ਰੋਸ਼ਨੀ ਪ੍ਰਤੀ ਸੰਵੇਦਨਸ਼ੀਲਤਾ ਲਾਈਟ ਨੂੰ ਪਸੰਦ ਨਹੀਂ ਹੁੰਦੀ ਨੇਰੇ ਦੇ ਵਿੱਚ ਬੈਠਾ ਰਹਿੰਦਾ ਹੈ ਸਰੀਰ ਦਾ ਤਾਪਮਾਨ ਜਿਹੜਾ ਹੈ ਘਟ ਰਿਹਾ ਹੈ ਸਾਹ ਹੌਲੀ ਹੌਲੀ ਚੱਲਦੇ ਨੇ ਦਿਲ ਦੀ ਧੜਕਣ ਘਟ ਜਾਂਦੀ ਹੈ ਹੱਥ ਪੈਰ ਹੋਣ ਜਿਹੜੇ ਨੇ ਨੀਲੇ ਪੈ ਜਾਂਦੇ ਤਾਂ ਅਫੀਮ ਤੋਂ ਜਿਹੜੇ ਨਸ਼ੇ ਬੰਦੇ ਤਕਰੀਬਨ ਜਿਹੜਾ ਹੈ ਨੀਲਾਪਣ ਨੋਹਾਂ ਦੇ ਵਿੱਚ ਹੱਥਾਂ 'ਚ ਪੈਰਾਂ ਦੇ ਵਿੱਚ ਅਤੇ ਹੂਠਾਂ ਦੇ ਦਾ ਇਹਦੇ ਲੌਂਗ ਟਰਮ ਇਫੈਕਟਸ ਕਿਹੜੇ ਨੇ ਦੰਦ ਮਤਲਬ ਦੰਦ ਜਿਹੜੇ ਨੇ ਨਾ ਖਰਾਬ ਹੋ ਜਾਂਦੇ ਨੇ ਪੀਲੇ ਪੈ ਜਾਂਦੇ ਨੇ ਕਾਲੇ ਪੈ ਜਾਂਦੇ ਨੇ ਮਸੂੜੇ ਫੁੱਲ ਜਾਂਦੇ ਨੇ ਖਾਰਿਜ ਕਰਕੇ ਬਾਹਰੀ ਚਮੜੀ ਖਰਾਬ ਹੋ ਜਾਂਦੀ ਬਿਕੋਜ਼ ਇਹਦੇ ਨਾਲ ਖਾਰਿਜ ਬਹੁਤ ਜ਼ਿਆਦਾ ਹੁੰਦੀ ਆ ਫੀਮ ਤੋਂ ਜਿੰਨੇ ਵੀ ਨਸ਼ੇ ਬੰਦੇ ਨੇ ਖਾਰਿਜ ਪੈਦਾ ਕਰਦੇ ਨੇ ਅਤੇ ਕਬਜ ਹੋ ਜਾਂਦੀ ਹੈ ਛਿੱਤ ਛਿੱਤੀ ਬਿਮਾਰ ਹੋ ਜਾਂਦਾ ਆਪਣੀ ਜਿਹੜੀ ਰੋਗ ਪ੍ਰਤੀਰੋਗ ਰੋਗਤਾਪ ਇਮਿਊਨਿਟੀ ਸਿਸਟਮ ਹੈ ਉਹ ਬਹੁਤ ਹੀ ਜ਼ਿਆਦਾ ਘਟ ਜਾਂਦਾ ਹੈ ਕਮਜ਼ੋਰੀ ਹੋ ਜਾਂਦੀ ਹੈ ਨੀਂਦਰਾ ਭੰਰ ਜਾਂਦਾ ਹੈ ਭੁੱਖ ਵਿੱਚ ਕਮੀ ਕਪੋਸ਼ਣ ਹੋ ਜਾਂਦਾ ਹੈ ਅਤੇ ਨੀਂਦ ਸੰਬੰਧੀ ਸਮੱਸਿਆਵਾਂ ਹੋਰ ਜਿਹੜੀਆਂ ਨੇ ਕਾਫੀ ਸਾਰੀਆਂ ਜਿਗਰ ਅਤੇ ਗੁਰਦਿਆਂ ਦੀ ਖਰਾਬੀ ਹੋ ਗਈ ਇਨਫੈਕਸ਼ੀਅਸ ਡਿਸੀਜ਼ਸ ਹੁੰਦੇ ਨੇ ਉਹ ਹੋ ਜਾਂਦੇ ਨੇ ਤਾਂ ਦਿਮਾਗ ਪੂਰੀ ਤਰ੍ਹਾਂ ਜਿਹੜਾ ਹੈਗਾ ਕਿਉਂਕਿ ਦਿਮਾਗ ਨੂੰ ਆਕਸੀਜਨ ਨਹੀਂ ਮਿਲਦੀ ਤਾਂ ਦਿਮਾਗ ਜਿਹੜਾ ਹੈ ਪੂਰੀ ਤਰ੍ਹਾਂ ਪ੍ਰਭਾਵਿਤ ਹੋਣਾ ਹੈ ਕਿਉਂ ਨਹੀਂ ਦਿਮਾਗ ਨੂੰ ਆਕਸੀਜਨ ਮਿਲਦੀ ਬਿਕੋਜ਼ ਸਾਤ ਆਪਾਂ ਹੌਲੀ-ਹੌਲੀ ਲੈਂਦੇ ਆ ਇਸ ਨੂੰ ਲੈ ਕੇ ਤਾਂ ਇਸ ਨਾਲ ਆਕਸੀਜਨ ਜਿਹੜੀ ਦਿਮਾਗ ਤੱਕ ਨਹੀਂ ਪਹੁੰਚਦੀ ਅਤੇ ਦਿਮਾਗ ਬੁੱਝ ਹੋ ਜਾਂਦਾ ਸੋ ਹੈਰੋਇਨ ਦੇ ਐਨੇ ਗੰਦੇ ਜਿਹੜੇ ਨੇ ਇਫੈਕਟਸ ਪੈਂਦੇ ਨੇ ਅਗਰ ਕੋਈ ਬੰਦਾ ਛੱਡਣਾ ਚਾਹੁੰਦਾ ਤਾਂ ਉਸ ਨੂੰ ਬੇਰਅਮੀ ਠੀਕ ਹੈ ਜੋ ਤੱਕ ਉਹ ਲੈਂਦਾ ਨਹੀਂ ਤਦ ਤੱਕ ਬੇਰਅਮੀ ਰਹੇਗੀ ਦਿਲ ਦੀ ਧੜਕਣ ਵਧੀ ਰਹੇਗੀ ਜਦ ਤੱਕ ਲਏਗਾ ਨਹੀਂ ਅਤੇ ਚਿੰਤਾ ਵਧੀ ਰਹੇਗੀ ਅੰਗ ਕੰਬਦੇ ਨੇ ਤਰੇਲੀਆਂ ਪਸੀਨਾ ਆਉਂਦਾ ਕੰਬਾ ਲੱਗਦਾ ਠੰਡ ਲੱਗਦੀ ਕਦੇ ਗਰਮੀ ਲੱਗਦੀ ਪਸੀਨਾ ਪਸੀਨੀ ਹੋ ਜਾਂਦਾ ਮਸਲਸ ਅਤੇ ਹੱਡੀਆਂ ਚ ਦਰਦ ਰਹਿੰਦਾ ਦਸਤ ਲੱਗ ਜਾਂਦੀ ਹੈ ਉਲਟੀਆਂ ਆਉਂਦੀਆਂ ਨੇ ਨੀਂਦ ਨਹੀਂ ਆਉਂਦੀ ਸੋ ਇਹ ਸਾਰੀ ਜਿਹੜੇ ਹੈਗੇ ਨੇ ਕਾਫੀ ਦੇਰ ਤੱਕ ਇਹ ਸਿੰਪਟਮਸ ਬਣੇ ਰਹਿੰਦੇ ਨੇ ਜਦੋਂ ਤੱਕ ਬੰਦਾ ਉਹ ਨਚਾ ਕੰਜ਼ਿਊਮ ਨਹੀਂ ਕਰ ਲੈਂਦਾ ਉਸ ਤੋਂ ਬਾਅਦ ਆਉਂਦੇ ਨੇ ਕ੍ਰਾਂਤੀਜਨਕ ਨਸ਼ੇ ਤਾਂ ਇਹ ਆਪਾਂ ਨੈਕਸਟ ਵੀਡੀਓ ਚ ਪੜਾਂਗੇ ਹੋਪ ਤੁਹਾਨੂੰ ਵੀਡੀਓ ਪਸੰਦ ਆਇਆ ਹੋਵੇਗਾ ਮਿਲਦੇ ਆਪਾਂ ਨਵੇਂ ਵੀਡੀਓ ਦੇ ਨਾਲ ਧੰਨਵਾਦ